ਸਤਿ ਸ਼੍ਰੀ ਅਕਾਲ ਦੋਸਤੋ, ਹੋਰ ਕੀ ਹਾਲ ਨੇ? ਮੌਸਮ ਜਿਉਂ ਦਾ ਤਿਉਂ ਬਣਿਆ ਹੋਇਆ, ਚਾਰੇ ਪਾਸੇ ਬੱਦਲ ਛਾਏ ਹੋਏ ਨੇ ਅਤੇ ਆਪਾਂ ਰੁਕੇ ਸੀ ਰਾਤ ਗੁਰਦੁਆਰਾ ਸਾਹਿਬ ਕਾਨਪੁਰ ਅਤੇ ਇੱਥੋਂ ਆਪਾਂ ਹੁਣ ਚੱਲ ਰਹੇ ਹਾਂ। ਪਹਿਲਾ ਰੂਟ ਕੁਛ ਹੋਰ ਸੀ, ਹੁਣ ਰੂਟ ਥੋੜ੍ਹਾ ਚੇਂਜ ਕਰਤਾ ਅਤੇ ਹੁਣ ਆਪਾਂ ਲਖਨਊ ਤੋਂ ਬਾਰਾਂ ਬਾਂਕੀ ਤੋਂ ਅੱਗੇ ਨੇੜੇ ਰਹਿ ਜਾਣਾ ਨੇਪਾਲ ਕਿਤੇ, ਅਤੇ ਉੱਥੇ ਜਾ ਕੇ ਰੁਕਾਂਗੇ। ਤਾਂ ਮੌਸਮ ਦਾ ਬਹੁਤ ਜ਼ਿਆਦਾ ਅੱਜ ਉਵੇਂ ਚੁੱਕੀ ਹੈ, ਬੂੰਦਾਬਾਂਦੀਆਂ ਹੋਈ ਜਾਂਦੀਆਂ ਨੇ ਅਤੇ ਦਰਬਾਰ ਸਾਹਿਬ ਆਇਆ ਸੀ ਉੱਪਰ, ਤਾਂ ਬਸ ਮੱਥਾ ਟੇਕ ਕੇ ਹੁਣ ਨਿਕਲ ਰਹੇ ਹਾਂ। ਅਤੇ ਦੇਖੋ ਮਿਲਾਂਗੇ ਜਾ ਕੇ ਅੱਗੇ ਕਿਤੇ। ਮੌਸਮ ਦਾ ਤਕਾਜ਼ਾ ਫਿਰ ਵਿਗੜਿਆ ਹੋਇਆ, ਬਹੁਤ ਜ਼ਿਆਦਾ ਵਿਗੜਿਆ ਹੋਇਆ। ਚਲੋ ਚੱਲਣਾ ਤਾਂ ਹੈ, ਚੱਲਦੇ ਦੇ ਨਾਮ ਹੀ ਜ਼ਿੰਦਗੀ ਹੈ ਸ਼ਾਇਦ। ਠੀਕ ਹੈ ਦੋਸਤੋ, ਸਤਿ ਸ਼੍ਰੀ ਅਕਾਲ, ਮਿਲਾਂਗੇ ਆਪਾਂ ਜ਼ਰੂਰ ਅਤੇ ਦੇਖਦੇ ਹਾਂ ਜਾ ਕੇ। ਬਸ ਤਿਆਰੀ ਹੈ, ਹੁਣ ਤਿਆਰੀ ਕਰਕੇ ਸਾਰਾ ਕੁਛ ਰੱਖਿਆ ਪਿਆ, ਬਸ ਚਾਹ ਪੀਣੀ ਹੈ ਜੇ ਮਿਲੀ ਤਾਂ, ਨਹੀਂ ਤਾਂ ਫਿਰ ਕੋਈ ਗੱਲ ਨਹੀਂ, ਇਸੇ ਤਰ੍ਹਾਂ ਚੱਲਣਾ ਤਾਂ ਚੱਲਦੇ ਰਹਿਣਾ। ਠੀਕ ਹੈ ਦੋਸਤੋ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਨੇ? ਵਧੀਆ। ਅੱਜ ਬਹੁਤ ਜ਼ਿਆਦਾ ਦੁਰਘਟਨਾ ਹੋਈ, ਚੱਲਦੇ ਚੱਲਦੇ ਰਸਤੇ 'ਚ ਕਿਤੇ ਪਰਸ ਗਿਰ ਗਿਆ, ਤਾਂ ਬੜੀ ਮੁਸ਼ਕਲ ਨਾਲ ਆਧਾਰ ਕਾਰਡ ਸੀ, ATM ਸੀ, ਸਾਰਾ ਕੁਛ ਸੀਗਾ, ਪਰ ਫਿਰ ਵੀ ਕਰ ਲਿਆ, ਪੁਰਵਾਈ ਕਰ ਲਈ, ਬੇਟੇ ਨੇ ਸਾਰਾ ਕੁਛ ਭੇਜਤਾ ਪਿੱਛੋਂ, ਤਾਂ ਕੋਈ ਦਿੱਕਤ ਨਹੀਂ ਆਈ, ਮਹਿਸੂਸ ਨਹੀਂ ਹੋਈ। ਤਾਂ ਚੱਲਦੇ ਚੱਲਦੇ ਮਿੱਤਰ ਮਿਲੇ ਨੇ, ਤਾਂ ਬਹੁਤ ਵਧੀਆ ਇਹਨਾਂ ਨੇ ਐਪਰੀਸ਼ੀਏਟ ਕੀਤਾ, ਸ਼ਲਾਘਾ ਕੀਤੀ ਹੈ ਵੀ ਇਸੇ ਤਰ੍ਹਾਂ ਚੱਲਦੇ ਰਹਿਣਾ ਚਾਹੀਦਾ ਸਾਰਿਆਂ ਨੂੰ, ਵੀ ਸਾਰੇ ਰਲ ਮਿਲ ਕੇ ਵਾਤਾਵਰਨ ਬਚਾਈਏ। ਤਾਂ ਇਹ ਵੀਰ ਨੇ ਬਹੁਤ ਵਧੀਆ ਇਹਨਾਂ ਨੇ ਐਪਰੀਸ਼ੀਏਟ ਕੀਤਾ, ਤਾਂ ਰੁਕ ਕੇ ਗੱਲਬਾਤ ਕੀਤੀ, ਨਹੀਂ ਤਾਂ ਕੀ ਲੋੜ ਹੈ, ਤੁਰੀ ਜਾਂਦੀ ਹੈ ਦੁਨੀਆ ਆਪਦੇ ਕੰਮ, ਕੋਈ ਨਹੀਂ ਰੁਕਦਾ। ਪਰ ਫਿਰ ਵੀ ਧੰਨਵਾਦੀ ਹਾਂ ਮੈਂ ਇਹਨਾਂ ਵੀਰਾਂ ਦਾ, ਇਹਨਾਂ ਭਰਾਵਾਂ ਦਾ, ਸ਼ਾਇਦ ਇਸੇ ਤਰ੍ਹਾਂ ਇਹ ਲੋਕ ਮਿਲਦੇ ਰਹਿਣ। ਹਾਂ ਬੋਲੋ ਜੀ ਕੁਛ। ਬਹੁਤ ਅੱਛਾ ਲਗਾ, ਹਮ ਲੋਕ ਅਭੀ ਜਸਟ ਘੁੰਮਣੇ ਜਾ ਰਹੇ ਥੇ ਔਰ ਹਮਨੇ ਅੰਕਲ ਕੀ ਸਾਈਕਲ ਦੇਖੀ, ਪੀਛੇ ਸੇ ਉਸ ਪੇ ਲਿਖਾ ਹੁਆ ਥਾ, ਤੋ ਹਮ ਲੋਗੋਂ ਨੇ ਸੋਚਾ ਰੁਕ ਕੇ ਅੰਕਲ ਸੇ ਪੂਛੇ, ਤੋ ਉਹਨਾਂ ਨੇ ਬਤਾਇਆ ਕਾਫੀ ਦੂਰ ਸੇ ਆ ਰਹੇ, ਤੋ ਇਸ ਚੀਜ਼ ਕੋ ਹਮਨੇ ਬਹੁਤ ਐਪਰੀਸ਼ੀਏਟ ਕਰਾ, ਬਹੁਤ ਅੱਛਾ ਲਗਾ ਕਿ ਆਪ ਐਸੇ ਰਾਈਡ ਪੇ ਨਿਕਲੇ ਹੈ ਔਰ ਆਲ ਦਾ ਬੈਸਟ ਆਪਕੋ ਆਪਣੀ ਰਾਈਡ ਪੇ, ਪੂਰੀ ਜਰਨੀ ਪੇ ਆਪਕੋ ਆਲ ਦਾ ਬੈਸਟ, ਆਪ ਅੱਛੇ ਸੇ ਰਾਈਡ ਕੰਪਲੀਟ ਕਰ ਪਾਏ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਪਹੁੰਚ ਗਏ ਹਾਂ, ਹੋ ਗਿਆ ਅੱਧਾ ਕੁ ਘੰਟਾ, ਬਾਰਾਂਬਾਂਕੀ ਗੁਰਦੁਆਰਾ ਸਾਹਿਬ ਹੈ। ਗੁਰਦੁਆਰਾ ਸਾਹਿਬ ਦੇ ਜਿਹੜੇ ਭਾਈ ਜੀ ਨੇ ਬੜੇ ਭੱਜ ਕੇ ਮਿਲੇ ਵਿਚਾਰੇ, ਤਾਂ ਬਹੁਤ ਵਧੀਆ ਰਿਸਪੋਂਸ ਦਿੱਤਾ ਹੈ। ਤਾਂ ਅੱਜ ਆਪਾਂ ਇੱਥੇ ਬਾਰਾਂਬਾਂਕੀ ਰੁਕੇ ਹੋਏ ਹਾਂ ਅਤੇ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ ਆਲੀਸ਼ਾਨ, ਅਤੇ ਕੱਲ੍ਹ ਆਪਾਂ ਅੱਗੇ ਨਿਕਲਣਾ ਅਤੇ ਕਮਰਾ ਕੁਮਰੇ ਦੀ ਸੈਟਿੰਗ ਹੋ ਗਈ ਹੈ ਅਤੇ ਬਸ ਸੁਬਹਾ ਨਿਕਲਣਾ ਆਪਾਂ ਅੱਗੇ। ਬਰਾਈਂ 'ਚ ਇੱਥੋਂ 90 ਕਿਲੋਮੀਟਰ ਹੈ, 90 ਕਿਲੋਮੀਟਰ ਤੋਂ ਬਾਅਦ ਬਰਾਈਂ 'ਚ ਪਹੁੰਚ ਕੇ ਫਿਰ ਆਪਾਂ ਨੇਪਾਲ 'ਚ ਚੱਲਾਂਗੇ ਅਤੇ ਬਸ ਹੁਣ ਖਾਣਾ ਖੁਣਾ ਖਾ ਕੇ ਲੇਟਦੇ ਹਾਂ, ਥੱਕੇ ਹੋਏ ਹਾਂ, ਅੱਜ ਸਫ਼ਰ ਜ਼ਿਆਦਾ ਹੋ ਗਿਆ, ਲਖਨਊ ਵੀ ਨਹੀਂ ਖਤਮ 'ਚ ਹੋਇਆ, 4 ਘੰਟੇ ਲੱਗ ਗਏ ਲਖਨਊ ਨੂੰ ਕ੍ਰੋਸ ਕਰਦਿਆਂ ਅਤੇ ਥੱਕ ਗਏ। ਤਾਂ ਉਹ ਤੋਂ ਬਾਅਦ ਇੱਥੇ ਆਏ ਹਾਂ ਗੁਰੂ ਘਰ ਇਹ ਆਪਣਾ ਬਾਰਾਂਬਾਂਕੀ ਦਾ, ਤਾਂ ਬੜੇ ਵਿਚਾਰਿਆਂ ਨੇ ਸੱਜਣ ਮਿੱਤਰ ਮਿਲੇ, ਇੱਕ ਲੇਡੀਜ਼ ਔਰ ਇੱਕ ਬੰਦਾ ਲੰਘਦੇ ਲੰਘਦੇ ਸਾਈਕਲ ਦਾ ਬੋਰਡ ਦੇਖ ਕੇ ਮੱਥਾ ਟੇਕਿਆ 100 ਰੁਪਈਆ ਸਾਈਕਲ ਨੂੰ, ਕਮਾਲ ਹੈ, ਮੈਂ ਹੈਰਾਨ ਵੀ ਇਹ ਕਿਸ ਤਰ੍ਹਾਂ, ਹੈ ਨਾ। ਤਾਂ ਚਲੋ ਠੀਕ ਹੈ ਦੋਸਤੋ, ਕੱਲ੍ਹ ਨੂੰ ਮਿਲਾਂਗੇ ਆਪਾਂ ਬਰਾਈਂ 'ਚ।